हाँ जी सत श्री अकाल जी सारयां नूं। अज आपां गल करांगे पंजाबी एक्टर ते सिंगर करमजीत अनमोल बारे, जो कि पंजाबी फिल्मां च इन्नी शानदार कमेडी करदे ने कि लोक उन्हां दे डायलॉग सुन के हंस हंस दूरे हो जांदे ने। जिहड़ी वी पंजाबी फिल्म च उन्हां नूं रोल मिलदा है ओह फिल्म सुपरहिट हो जांदी है। इसे करके उन्हां नूं पंजाबी फिल्म इंडस्ट्री का लक्की चैरम भी कहा जांदा है। पर इत्थों तक पहुंचण लई उन्हां नूं 20 साल का लंबा समा लग्गिया। 20 साल स्ट्रगल तों बाद किद्दां उह कामयाब होए, इसे बारे अज आपां गल करांगे ते नाल ही उन्हां दी फैमिली ते जीवन बारे भी गल करांगे। सो सब तो पहला करमजीत अनमोल दा जन्म 2 जनवरी 1974 नूं जिला संगरूर दे पिंड गंडुआ दे विच पिता साधु सिंह ते माता मूर्ति कौर दी कुखों होया। जे उन्हां दे विआह बारे गल करिए तां उन्हां दा विआह 4 जून 2000 नूं गुरजोत कौर दे नाल होया। विआह तों बाद उन्हां दे घर 2 बेटियां ने जन्म लिया, जिन्हां विच्चों इक दा नां अरमान सिंह बैनीपाल ते दूजे बेटे दा नां है गुरशान सिंह बैनीपाल। उन्हां नूं बचपन तों ही गाउण दा बहुत शौक सी। ਉਹ 6 साल ਦੀ ਉਮਰ ਦੇ ਸੀ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਬਚਪਨ ਵਿੱਚ ਉਹ ਕੁਲਦੀਪ ਮਾਨਕ ਦੇ ਗਾਣੇ ਸੁਣਦੇ ਹੁੰਦੇ ਸੀ ਤੇ ਉਹਨਾਂ ਦਾ ਸੌਂਗ ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ ਉਹ ਅਕਸਰ ਗਾਉਂਦੇ ਹੁੰਦੇ ਸੀ। ਕਰਮਜੀਤ ਅਨਮੋਲ ਇੱਕ ਮੱਧ ਵਰਗੀ ਪਰਿਵਾਰ ਨੂੰ ਬਿਲੋਂਗ ਕਰਦੇ ਸੀ। ਕੋਈ ਸਮਾਂ ਅਜਿਹਾ ਵੀ ਸੀ ਜਦੋਂ ਉਹਨਾਂ ਕੋਲ ਪੜ੍ਹਾਈ ਲਈ ਵੀ ਪੈਸੇ ਨਹੀਂ ਹੁੰਦੇ ਸੀ, ਪਰ ਇਸ ਔਖੇ ਸਮੇਂ ਵਿੱਚ ਉਹਨਾਂ ਦੇ ਵੱਡੇ ਭਰਾ ਅਮਰਜੀਤ ਸਿੰਘ ਅਮਰਾ ਨੇ ਉਹਨਾਂ ਦੀ ਪੈਸਿਆਂ ਨਾਲ ਵੀ ਮਦਦ ਕੀਤੀ ਤੇ ਉਹਨਾਂ ਨੂੰ ਹੌਸਲਾ ਵੀ ਦਿੰਦੇ ਰਹਿੰਦੇ ਸੀ। ਪਰ ਅਫਸੋਸ, ਹੁਣ ਉਹਨਾਂ ਦਾ ਵੱਡਾ ਭਰਾ ਇਸ ਦੁਨੀਆ ਵਿੱਚ ਨਹੀਂ ਹੈ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਕਰਮਜੀਤ ਅਨਮੋਲ ਦੇ ਸਟਰਗਲ ਟਾਈਮ ਦੌਰਾਨ ਉਹਨਾਂ ਦੇ ਯਾਰਾਂ ਦੋਸਤਾਂ ਨੇ, ਪਰਿਵਾਰ ਵਾਲਿਆਂ ਨੇ, ਖਾਸ ਕਰ ਉਹਨਾਂ ਦੀ ਪਤਨੀ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ। ਉਹ ਕਹਿੰਦੇ ਨੇ ਕਿ ਇਹਨਾਂ ਸਾਰਿਆਂ ਕਰਕੇ ਅੱਜ ਮੇਰਾ ਮਾੜਾ ਮੋਟਾ ਨਾਂ ਬਣਿਆ ਹੈ। ਉਹਨਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਸੇਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾ ਗਾਗਾ ਸੰਗਰੂਰ ਤੋਂ ਕੰਪਲੀਟ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਤੋਂ ਗ੍ਰੈਜੂਏਸ਼ਨ ਕੰਪਲੀਟ ਕੀਤੀ। ਜਦੋਂ ਉਹ ਸਕੂਲ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਸਕੂਲ ਦੇ ਹਰ ਪ੍ਰੋਗਰਾਮ 'ਚ ਉਹ ਗੀਤ ਜ਼ਰੂਰ ਗਾਉਂਦੇ ਸੀ। ਸਕੂਲ ਦੇ ਬੱਚੇ ਤੇ ਮਾਸਟਰ ਉਹਨਾਂ ਦੀ ਆਵਾਜ਼ ਦੀ ਬਹੁਤ ਤਾਰੀਫ ਕਰਦੇ ਹੁੰਦੇ ਸੀ। ਇਸ ਤੋਂ ਇਲਾਵਾ ਉਹ ਯੂਥ ਫੈਸਟੀਵਲ 'ਚ ਸਕਿੱਟਾਂ ਤੇ ਨਾਟਕ ਵਗੈਰਾ 'ਚ ਵੀ ਭਾਗ ਲੈਂਦੇ ਹੁੰਦੇ ਸੀ। ਕਰਮਜੀਤ ਅਨਮੋਲ ਅਕਸਰ ਆਪਣੇ ਬੇਬੇ ਬਾਪੂ, ਦੋਸਤਾਂ ਤੇ ਟੀਚਰਾਂ ਦੀ ਨਕਲ ਕਰਿਆ ਕਰਦੇ ਸੀ, ਜਿਸ ਨਾਲ ਉਹਨਾਂ ਦੀ ਐਕਟਿੰਗ ਹੋਰ ਵੀ ਜ਼ਿਆਦਾ ਨਿਖੜਦੀ ਗਈ। ਜਦੋਂ ਉਹਨਾਂ ਦੀ ਪਹਿਲੀ ਮਿਊਜ਼ਿਕ ਐਲਬਮ ਰਿਲੀਜ਼ ਹੋਈ ਉਦੋਂ ਉਹ 12ਵੀਂ ਜਮਾਤ ਵਿੱਚ ਪੜ੍ਹਦੇ ਸੀ। ਉਸ ਐਲਬਮ ਦਾ ਨਾਂ ਸੀ ਆਸ਼ਕ ਭਾਜੀ, ਜੋ ਕਿ 1995 ਵਿੱਚ ਰਿਲੀਜ਼ ਹੋਈ ਸੀ। ਉਹਨਾਂ ਦਾ ਗੀਤ ਰੋ ਰੋ ਨੈਣਾ ਲਾਈਆਂ ਝੜੀਆਂ ਸੁਪਰ ਡੁਪਰ ਹਿੱਟ ਰਿਹਾ ਸੀ। ਇਸ ਤੋਂ ਬਾਅਦ ਉਹ ਲਗਭਗ 16 ਮਿਊਜ਼ਿਕ ਐਲਬਮਸ ਰਿਲੀਜ਼ ਕਰ ਚੁੱਕੇ ਨੇ, ਪਰ ਉਹਨਾਂ ਦੀਆਂ ਮਿਊਜ਼ਿਕ ਐਲਬਮਸ ਜ਼ਿਆਦਾਤਰ ਫਲੋਪ ਹੀ ਰਹੀਆਂ। ਸਾਲ 2013 ਵਿੱਚ ਪੰਜਾਬੀ ਫਿਲਮ ਜੱਟ ਬੁਆਇਜ਼ ਪੁੱਤ ਜੱਟਾਂ ਦੇ ਵਿੱਚ ਉਹਨਾਂ ਦਾ ਗਾਇਆ ਗਾਣਾ ਯਾਰਾ ਵੇ ਯਾਰਾ ਸੁਪਰ ਡੁਪਰ ਹਿੱਟ ਰਿਹਾ ਸੀ। ਇਸ ਤੋਂ ਇਲਾਵਾ ਨਿੱਕਾ ਜੈਲਦਾਰ ਫਿਲਮ 'ਚ ਗਾਇਆ ਗਾਣਾ ਧੰਨ ਪਾਣੀ ਹੋ ਜਾਂਦਾ ਵੀ ਸੁਪਰ ਡੁਪਰ ਹਿੱਟ ਰਿਹਾ ਸੀ। ਇਹਨਾਂ ਗਾਣਿਆਂ ਦੇ ਹਿੱਟ ਹੋਣ ਤੋਂ ਬਾਅਦ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਕਰਮਜੀਤ ਅਨਮੋਲ ਸਿੰਗਰ ਵੀ ਹੈ। ਨਹੀਂ ਤਾਂ ਪਹਿਲਾਂ ਲੋਕ ਉਹਨਾਂ ਨੂੰ ਕਮੇਡੀਅਨ ਦੇ ਤੌਰ 'ਤੇ ਹੀ ਜ਼ਿਆਦਾ ਜਾਣਦੇ ਸੀ। ਇਸ ਤੋਂ ਇਲਾਵਾ ਕਰਮਜੀਤ ਅਨਮੋਲ ਨੇ ਪੰਜਾਬੀ ਸਿੰਗਰ ਤੇ ਐਕਟਰ ਨਿਸ਼ਾ ਬਾਨੋ ਨਾਲ ਵੀ ਕਈ ਡਿਊਟ ਸੌਂਗ ਗਾਏ। ਉਹਨਾਂ ਦੋਵਾਂ ਨੇ ਕਈ ਲਾਈਵ ਸਟੇਜ ਸ਼ੋਅ ਇਕੱਠੇ ਪਰਫਾਰਮ ਕੀਤੇ। ਜੇ ਉਹਨਾਂ ਦੇ ਕੁਝ ਸਿੰਗਲ ਜਾਂ ਡਿਊਟ ਸੌਂਗਸ ਬਾਰੇ ਗੱਲ ਕਰੀਏ ਤਾਂ ਮੁਲਾਕਾਤ, ਗਿੱਧਾ, ਪਾਣੀ, ਤੇਰਾ ਨਾਮ, ਦਿਲਦਾਰਾ, ਡੋਲਰ, ਬਲੈਕ ਸੂਟ ਤੇ ਪਾਣੀ ਦਰਿਆਵਾਂ ਦੇ ਵਰਗੇ ਪੰਜਾਬੀ ਸੌਂਗ ਉਹਨਾਂ ਨੇ ਗਾਏ। ਕਾਲਜ ਦੇ ਦਿਨਾਂ ਵਿੱਚ ਹੀ ਉਹਨਾਂ ਦੀ ਮੁਲਾਕਾਤ ਭਗਵੰਤ ਮਾਨ ਨਾਲ ਹੋਈ ਸੀ ਤੇ ਉਹ ਦੋਵੇਂ ਇਕੱਠੇ ਥੀਏਟਰ ਜਾਂ ਹੋਰ ਟੀਵੀ ਸੀਰੀਅਲ ਵਗੈਰਾ ਵਿੱਚ ਕੰਮ ਕਰਨ ਲੱਗ ਪਏ। ਉਹਨਾਂ ਨੇ ਭਗਵੰਤ ਮਾਨ ਦੇ ਨਾਲ ਜੁਗਨੂ ਮਸਤ ਮਸਤ ਪ੍ਰੋਗਰਾਮ 'ਚ ਕੰਮ ਕਰਕੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ। ਉੱਥੋਂ ਹੀ ਉਹਨਾਂ ਦਾ ਨਾਂ ਬਣਨਾ ਸ਼ੁਰੂ ਹੋਇਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਜੁਗਨੂ ਕਹਿੰਦਾ ਹੈ, ਜੁਗਨੂ ਹਾਜ਼ਰ ਹੈ ਤੇ ਹੱਸਦੇ ਹਸਾਉਂਦੇ ਰਹੋ ਪੰਜਾਬੀ ਟੀਵੀ ਸੀਰੀਅਲਸ ਵਿੱਚ ਵੀ ਕੰਮ ਕੀਤਾ। ਜਿਸ ਤੋਂ ਬਾਅਦ ਉਹਨਾਂ ਨੂੰ ਪੰਜਾਬੀ ਫਿਲਮਾਂ ਲਈ ਆਫਰ ਆਉਣ ਲੱਗ ਗਏ। ਉਹਨਾਂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 2007 ਦੇ ਵਿੱਚ ਕੌਣ ਕਿਸੇ ਦਾ ਬੇਲੀ ਫਿਲਮ ਨਾਲ ਕੀਤੀ। ਉਹ ਤਕਰੀਬਨ 80 ਤੋਂ ਵੀ ਵੱਧ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਨੇ, ਜਿਨ੍ਹਾਂ ਵਿੱਚੋਂ ਕੁਝ ਕੁ ਹਿੱਟ ਫਿਲਮਾਂ ਦੇ ਨਾਂ ਜੇ ਆਪਾਂ ਦੇਖੀਏ ਤਾਂ ਪਾਣੀ 'ਚ ਮਧਾਣੀ, ਗਿਰਧਾਰੀ ਲਾਲ, ਮਿੰਦੋ ਤਹਿਸੀਲਦਾਰਨੀ, ਮੰਜੇ ਬਿਸਤਰੇ 2, ਕਾਕੇ ਦਾ ਵਿਆਹ, 2x5, ਅਫਸਰ, ਕੈਰੀ ਔਨ ਜੱਟਾ 2, ਵੇਖ ਬਰਾਤਾਂ ਚੱਲੀਆਂ, ਨਿੱਕਾ ਜੈਲਦਾਰ, ਬੰਬੂਘਾਟ, ਅਰਦਾਸ, ਅੰਬਰਸਰੀਆ, ਗੋਰਿਆਂ ਨੂੰ ਦਫਾ ਕਰੋ ਤੇ ਜਿਹਨੇ ਮੇਰਾ ਦਿਲ ਲੁੱਟਿਆ ਪੰਜਾਬੀ ਫਿਲਮਾਂ 'ਚ ਉਹ ਲੋਕਾਂ ਨੂੰ ਹਸਾਉਂਦੇ ਨਜ਼ਰ ਆਏ। ਉਹ ਪੰਜਾਬੀ ਫਿਲਮਾਂ ਦੇ ਨਾਲ ਨਾਲ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਨੇ, ਜਿੱਦਾਂ ਕਿ ਸਿੰਗ ਇਜ਼ ਬਲਿੰਗ ਤੇ ਸੈਕਿੰਡ ਹੈਂਡ ਹਸਬੈਂਡ। ਇਸ ਤੋਂ ਇਲਾਵਾ ਉਹ ਹਾਲੀਵੁੱਡ ਫਿਲਮ ਵੈਸਟ ਇਜ਼ ਵੈਸਟ ਵਿੱਚ ਵੀ ਕੰਮ ਕਰ ਚੁੱਕੇ ਨੇ। ਉਹਨਾਂ ਦੀ ਵਧੀਆ ਐਕਟਿੰਗ ਕਰਕੇ ਉਹਨਾਂ ਨੂੰ PTC ਪੰਜਾਬੀ ਫਿਲਮ ਅਵਾਰਡ, ਜੀਓ ਫਿਲਮ ਫੇਅਰ ਅਵਾਰਡ ਪੰਜਾਬੀ 2018 ਤੇ ਬ੍ਰਿਟ
ਹਿੱਟ ਏਸ਼ੀਆ ਪੰਜਾਬੀ ਫਿਲਮ ਅਵਾਰਡ 2018 ਨਾਲ ਸਨਮਾਨਿਤ ਕੀਤਾ ਗਿਆ। ਸੋ ਏਦਾਂ ਉਹਨਾਂ ਨੂੰ ਇੱਥੋਂ ਤੱਕ ਪਹੁੰਚਣ ਲਈ 20 ਸਾਲ ਦਾ ਸਮਾਂ ਲੱਗ ਗਿਆ ਤੇ ਅੱਜ ਉਹ ਬਹੁਤ ਖੁਸ਼ ਨੇ। ਉਹਨਾਂ ਦੀ ਖੁਸ਼ੀ ਦਾ ਕਾਰਨ ਹੈ ਉਹਨਾਂ ਦੀ ਮਿਹਨਤ। ਸੋ ਇਹ ਸੀ ਪੰਜਾਬੀ ਸਿੰਗਰ ਤੇ ਕਮੇਡੀਅਨ ਕਰਮਜੀਤ ਅਨਮੋਲ ਦੀ ਬਾਇਓਗ੍ਰਾਫੀ। ਤੁਹਾਨੂੰ ਵੀਡੀਓ ਕਿੱਦਾਂ ਲੱਗੀ ਕਮੈਂਟ ਬਾਕਸ 'ਚ ਆਪਣੀ ਰਾਏ ਜ਼ਰੂਰ ਦਿਓ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਤੇ ਇਹੋ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਫਿਰ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।